ਤੁਸੀਂ ਘਰ ਵਿੱਚ ਵਰਤੀਆਂ ਜਾਣ ਵਾਲੀਆਂ ਸਾਦੀਆਂ ਚੀਜ਼ਾਂ ਨਾਲ ਇਹ ਜਪਾਨੀ ਲਾਲਟੇਨ ਬਣਾ ਸਕਦੇ ਹੋ। ਇਸ ਲਈ ਤੁਹਾਨੂੰ ਪਲਾਸਟਿਕ ਬੋਤਲ, ਕਾਰਡ, ਕੈਂਚੀ, ਗੂੰਦ, ਤਾਰ ਆਦਿ ਚਾਹੀਦੇ ਹਨ। ਬੋਤਲ ਦਾ ਸਿਰਫ ਵਿਚਕਾਰਲਾ ਹਿੱਸਾ ਕੱਟੋ, ਉੱਪਰ ਅਤੇ ਥੱਲੇ ਵਾਲਾ ਹਿੱਸਾ ਛੱਡ ਦਿਓ, ਸਿਰਫ ਵਿੱਚ ਵਾਲਾ ਹਿੱਸਾ ਰਹਿ ਜਾਵੇਗਾ। ਹੋਰ ਇੱਕ ਮੋਟਾ ਜਿਹਾ ਗੋਲਾਕਾਰ ਕਾਰਡ ਲਓ ਅਤੇ ਉਸ ਦੇ ਵਿਚਕਾਰ ਗਲੀ ਕਰ ਲਓ ਅਤੇ 8 ਵੇਨਸ ਕੱਟ ਲਿਓ। ਇਸ ਦੇ ਮੱਧ ਵਿੱਚ ਮੋਰੀ ਕਰੋ ਤਾਂ ਜੋ ਅੰਦਰ ਵੇਖ ਸਕੋ। ਪੁਰਾਣੀ ਬੈਟਰੀ ਸੈੱਲ ਦਾ ਧਾਤੂ ਵਾਲਾ ਹਿੱਸਾ ਲਓ, ਉਸ ਉੱਪਰ ਗੂੰਦ ਲਗਾਓ, ਕਾਰਡ ਦੇ ਵਿਚਕਾਰ ਵੀ ਗੂੰਦ ਲਗਾਓ ਅਤੇ ਉਸਨੂੰ ਧਾਤੂ ਨਾਲ ਜੋੜ ਦਿਓ। ਇਹ ਇੱਕ ਪੱਧਰਾ ਜਿਹਾ ਧਾਤੂ ਦਾ ਪਾਈਵਟ ਬਣੇਗਾ। ਡਿੰਪਲ ਇਸ ਦੇ ਥੱਲੇ ਹੋਵੇਗਾ। ਇਸ ਦਾ ਕਨਵੈਕਸ ਵਾਲਾ ਹਿੱਸਾ ਉੱਪਰ ਹੋਵੇਗਾ। ਕਾਰਡ ਸ਼ੀਟ ਦੇ ਸਾਰੇ ਰਿਮ ਉੱਪਰ ਗੂੰਦ ਲਗਾਓ ਅਤੇ ਸਿਲੰਡਰ ਨਾਲ ਜੋੜ ਦਿਓ। ਉਸ ਉੱਪਰ ਹੋਰ ਗੂੰਦ ਲਗਾ ਦਿਓ। ਇਸ ਸਿਲੰਡਰ ਨੂੰ ਬਲਬ ਦੇ ਉੱਪਰ ਰੱਖ ਦਿਓ। ਬਲਬ ਦੇ ਉੱਪਰ ਤਾਰ ਸਿੱਧੀ ਕਰਕੇ ਲਗਾਈ ਹੋਵੇਗੀ। ਸਿਲੰਡਰ ਤਾਰ ਨਾਲ ਟੰਗਿਆ ਹੋਵੇਗਾ ਤਾਂ ਕਿ ਉਹ ਆਰਾਮ ਨਾਲ ਘੁੰਮ ਸਕੇ। ਜਦੋਂ ਬਲਬ ਦੀ ਸਵਿੱਚ ਲਗਾਈ ਜਾਵੇਗੀ ਤਾਂ ਗਰਮ ਹਵਾ ਉੱਪਰ ਜਾਣ ਨਾਲ ਕਾਰਡ ਵੇਨਸ ਵਿੱਚੋਂ ਨਿਕਲੇਗਾ ਅਤੇ ਸਿਲੰਡਰ ਘੁੰਮਣ ਲੱਗ ਜਾਵੇਗਾ। ਜਾਨਵਰਾਂ ਦੀਆਂ ਫੋਟੋਆਂ ਨਾਲ ਸਿਲੰਡਰ ਦਾ ਬਾਹਰ ਵਾਲਾ ਹਿੱਸਾ ਸਜਾਇਆ ਜਾ ਸਕਦਾ ਹੈ। ਲਾਲਟੇਨ ਨੂੰ ਹਨੇਰੇ ਵਿੱਚ ਰੱਖੋ ਅਤੇ ਬਲਬ ਜਗਾ ਦਿਓ। ਗਰਮ ਹਵਾ ਉੱਪਰ ਵੱਲ ਜਾਵੇਗੀ ਅਤੇ ਸਿਲੰਡਰ ਨੂੰ ਹੌਲੀ ਹੌਲੀ ਘੁਮਾਵੇਗੀ। ਤੁਸੀਂ ਬਟਰ ਪੇਪਰ ਦਾ ਬਣਿਆ ਹੋਇਆ ਸਿਲੰਡਰ ਇਸਦੇ ਉੱਪਰ ਰੱਖ ਸਕਦੇ ਹੋ। ਫਿਰ ਜਾਨਵਰਾਂ ਦਾ ਪਰਛਾਵਾਂ ਇਸ ਸਿਲੰਡਰ ਤੇ ਉੱਪਰ ਪਏਗਾ ਅਤੇ ਤੁਸੀਂ ਬਹੁਤ ਹੀ ਸੁੰਦਰ ਪਰਛਾਵਿਆਂ ਦੀ ਖੇਡ ਦੇਖ ਸਕਦੇ ਹੋ।